ਦੋਸਤੋ ਸਤਿ ਸ਼੍ਰੀ ਅਕਾਲ ਜੀ। ਬਿਲਕੁਲ ਨਿੱਕੀ ਜੀ ਕਹਾਣੀ ਬਹੁਤ ਹੀ ਮੋਟੀਵੇਸ਼ਨ ਦੇਣ ਵਾਲੀ ਤੁਹਾਡੇ ਲਈ ਲੈ ਕੇ ਜੁੜਿਆ। ਇੱਕ ਸੰਤ ਅਤੇ ਇੱਕ ਔਰਤ ਦੀ ਕਹਾਣੀ ਆ। ਇੱਕ ਔਰਤ ਨਾ ਇੱਕ ਸੰਤ ਦੇ ਕੋਲ ਜਾਂਦੀ ਆ ਇਹ ਪੁੱਛਣ ਦੇ ਲਈ ਕਿ ਪਿਆਰ ਕੀ ਚੀਜ਼ ਹੁੰਦੀ ਆ। ਉਹ ਸੰਤ ਨੂੰ ਪਰਖਣਾ ਚਾਹੁੰਦੀ ਸੀ ਵੀ ਸੰਤ ਕੀ ਜਵਾਬ ਦਿੰਦਾ ਇਹਦੇ ਬਾਰੇ। ਉਹ ਕਹਿੰਦੀ ਆ, ਦੱਸੋ ਸੰਤ ਜੀ ਵੀ ਪਿਆਰ ਕੀ ਹੁੰਦਾ, ਤੁਸੀਂ ਕਿਵੇਂ ਇਹਨੂੰ ਐਕਸਪਲੇਨ ਕਰ ਸਕਦੇ ਹੋ ਪਿਆਰ ਨੂੰ। ਸੰਤ ਉਹਨੂੰ ਕੋਈ ਜਵਾਬ ਨਹੀਂ ਦਿੰਦਾ। ਉਹਨੂੰ ਇੱਕ ਗੱਲ ਕਹਿੰਦਾ ਵੀ ਤੂੰ ਇੱਕ ਕੰਮ ਕਰ, ਫਲਾਣੀ ਜਗ੍ਹਾ 'ਤੇ ਨਾ ਇੱਕ ਬਾਗ ਆ, ਬਾਗ ਦੇ ਵਿੱਚ ਜਾ ਅਤੇ ਉੱਥੋਂ ਇੱਕ ਫੁੱਲ ਤੋੜ ਕੇ ਲੈ ਕੇ ਆਈ ਜਿਹੜਾ ਬਹੁਤ ਖੂਬਸੂਰਤ ਹੋਵੇ, ਬੈਸਟ ਫੁੱਲ ਹੋਵੇ ਸਾਰੇ ਉਹ ਬਾਗ ਦਾ। ਚਲੋ ਜੀ, ਉਹ ਕੁੜੀ ਪਹੁੰਚ ਜਾਂਦੀ ਆ ਉਸ ਬਾਗ ਦੇ ਵਿੱਚ, ਦੇਖਦੀ ਆ ਕਿ ਬਹੁਤ ਵੱਡਾ ਬਾਗ ਆ। ਹੁਣ ਉੱਥੇ ਜੋ ਉਹਨੇ ਸੰਤ ਨੇ ਕਿਹਾ ਸੀ ਵੀ ਸਭ ਤੋਂ ਖੂਬਸੂਰਤ ਫੁੱਲ ਤੂੰ ਤੋੜ ਕੇ ਲੈ ਕੇ ਆਉਣਾ, ਉੱਥੇ ਸਾਰੇ ਹੀ ਫੁੱਲ ਤਕਰੀਬਨ ਖੂਬਸੂਰਤ ਸੀ। ਫਿਰ ਵੀ ਉਹ ਸਾਰਾ ਬਾਗ ਘੁੰਮਦੀ ਆ ਅਤੇ ਇੱਕ ਫੁੱਲ ਨਾ ਉਹਨੂੰ ਬੜਾ ਪਸੰਦ ਆਉਂਦਾ ਵਾ, ਉਹ ਉਹਨੂੰ ਬੜਾ ਅਲੱਗ ਜਿਹਾ ਲੱਗਦਾ ਵਾ। ਪੂਰਾ ਇੱਕ ਦਿਨ ਲਾ ਕੇ ਉਹ ਫੁੱਲ ਆ ਜਿਹੜਾ ਉਹਨੂੰ ਮਿਲਿਆ ਹੁੰਦਾ ਵਾ। ਉਹਨੂੰ ਫਿਰ ਵੀ ਲੱਗਦਾ ਵੀ ਨਹੀਂ, ਸ਼ਾਇਦ ਇਸ ਤੋਂ ਵੀ ਕੋਈ ਸੋਹਣਾ ਫੁੱਲ ਇਸ ਬਾਗ ਦੇ ਵਿੱਚ ਜ਼ਰੂਰ ਹੋਊਗਾ, ਕਿਉਂਕਿ ਬਾਗ ਬੜਾ ਵੱਡਾ ਵਾ। ਉਹ ਹੋਰ ਅੱਗੇ ਚਲ ਜਾਂਦੀ ਆ। ਅੱਗੇ ਜਾ ਕੇ ਉਹ ਫੁੱਲ ਜਿਹੜਾ ਪਿੱਛੇ ਛੱਡ ਕੇ ਆਈ ਸੀ ਉਹਦੇ ਮੁਕਾਬਲੇ ਦਾ ਉਹਨੂੰ ਕੋਈ ਫੁੱਲ ਨਹੀਂ ਲੱਭਦਾ ਅਤੇ ਉਹ ਕਾਫੀ ਅੱਗੇ ਪਹੁੰਚ ਜਾਂਦੀ ਆ। ਵਾਪਸ ਆਉਂਦੇ ਆਉਂਦੇ ਉੱਥੋਂ ਫਿਰ ਉਹਨੂੰ ਕਾਫੀ ਸਮਾਂ ਲੱਗ ਜਾਂਦਾ, ਅੱਧੇ ਦਿਨ ਤੋਂ ਵੀ ਵੱਧ ਲੱਗ ਜਾਂਦਾ। ਅਤੇ ਜਦ ਤੱਕ ਉਹ ਉਸ ਫੁੱਲ ਤੱਕ ਪਹੁੰਚਦੀ ਆ ਜਿਹੜਾ ਫੁੱਲ ਉਹਨੂੰ ਪਹਿਲਾਂ ਪਸੰਦ ਆਇਆ ਸੀ, ਜਿਹੜਾ ਉਹਨੂੰ ਬੈਸਟ ਲੱਗਿਆ ਸੀ, ਉਹ ਫੁੱਲ ਵੀ ਉੱਥੋਂ ਉੱਥੇ ਨਹੀਂ ਹੁੰਦਾ, ਉਹਨੂੰ ਕੋਈ ਹੋਰ ਤੋੜ ਕੇ ਲੈ ਕੇ ਜਾ ਚੁੱਕਿਆ ਹੁੰਦਾ ਵਾ। ਹੁਣ ਉਹ ਫੁੱਲ ਜਿਹੜਾ ਵਾ ਉਹ ਕੋਈ ਵੀ ਨਾਲ ਨਹੀਂ ਲੈ ਕੇ ਆਉਂਦੀ ਅਤੇ ਸੰਤ ਦੇ ਕੋਲ ਪਹੁੰਚ ਜਾਂਦੀ ਆ ਅਗਲੇ ਦਿਨ। ਸੰਤ ਕਹਿੰਦਾ ਵੀ ਤੂੰ ਕੁਛ ਲੈ ਕੇ ਕਿਉਂ ਨਹੀਂ ਆਈ, ਤੈਨੂੰ ਮੈਂ ਕਿਹਾ ਸੀ ਫੁੱਲ ਲੈ ਕੇ ਆਈ। ਉਹ ਸਾਰੀ ਗੱਲ ਦੱਸਦੀ ਆ ਵੀ ਸੰਤ ਜੀ ਇੱਕੋ ਹੀ ਫੁੱਲ ਸੀਗਾ ਉੱਥੇ ਜਿਹੜਾ ਸਾਰਿਆਂ ਤੋਂ ਅਲੱਗ ਸੀ, ਸਾਰਿਆਂ ਤੋਂ ਸੋਹਣਾ ਸੀਗਾ, ਮੈਂ ਇੱਦਾਂ ਲਾਲਚ ਕਰਕੇ ਅੱਗੇ ਚਲ ਗਈ ਅਤੇ ਵਾਪਸੀ 'ਤੇ ਉਹ ਫੁੱਲ ਵੀ ਮੇਰੇ ਹੱਥ ਨਹੀਂ ਲੱਗਿਆ। ਸੰਤ ਕਹਿੰਦਾ ਕਿ ਇਹੀ ਗੱਲ ਤਾਂ ਮੈਂ ਤੈਨੂੰ ਸਮਝਾਉਣੀ ਚਾਹੁੰਦਾ ਸੀ ਕਿ ਪਿਆਰ ਵੀ ਇਹੋ ਆ। ਆਪਾਂ ਅਕਸਰ ਜੋ ਸਾਡੇ ਕੋਲ ਹੁੰਦਾ, ਜੋ ਸਾਡੇ ਹੱਥ ਆ ਜਾਂਦਾ ਵਾ, ਉਹਦੇ ਤੋਂ ਸੈਟਿਸਫਾਈ ਨਹੀਂ ਹੁੰਦੇ। ਆਪਾਂ ਹੋਰ ਲਾਲਸਾ ਕਰਦੇ ਹਾਂ, ਹੋਰ ਚੰਗਾ ਪਾਉਣ ਦੀ ਕੋਸ਼ਿਸ਼ ਕਰਦੇ ਹਾਂ, ਇਹ ਕੋਸ਼ਿਸ਼ ਕਰਦੇ ਹਾਂ ਕਿ ਸ਼ਾਇਦ ਸਾਨੂੰ ਇਸ ਇਨਸਾਨ ਤੋਂ ਵੀ ਪਰਪੱਖ ਕੋਈ ਮਿਲ ਜੂਗਾ। ਪਰ ਉਸ ਚੱਕਰ ਦੇ ਵਿੱਚ ਜੋ ਇਨਸਾਨ ਸਾਡੀ ਜ਼ਿੰਦਗੀ ਦੇ ਵਿੱਚ ਹੁੰਦਾ ਵਾ ਆਪਾਂ ਉਹਨੂੰ ਵੀ ਗਵਾ ਲੈਂਦੇ ਹਾਂ। ਸੋ ਪਿਆਰ ਵੀ ਤਾਂ ਇੱਦਾਂ ਹੀ ਹੁੰਦਾ ਨਾ। ਆਪਾਂ ਹਮੇਸ਼ਾ ਚਾਹੁੰਦੇ ਇਹ ਹਾਂ ਕਿ ਸਾਨੂੰ ਬਹੁਤ ਜ਼ਿਆਦਾ ਪਿਆਰ ਕਰਨ ਵਾਲਾ ਕੋਈ ਇਨਸਾਨ ਮਿਲੇ, ਸਾਡੀ ਬਹੁਤ ਜ਼ਿਆਦਾ ਕੇਅਰ ਕਰਨ ਵਾਲਾ ਕੋਈ ਇਨਸਾਨ ਮਿਲੇ। ਉਸ ਚੱਕਰ ਦੇ ਵਿੱਚ ਜੋ ਤੁਹਾਡੀ ਮਾੜੀ ਮੋਟੀ ਕੇਅਰ ਵੀ ਕਰਦਾ, ਤੁਹਾਨੂੰ ਮਾੜਾ ਮੋਟਾ ਵੀ ਕੋਈ ਪਿਆਰ ਕਰਦਾ, ਉਹਨੂੰ ਵੀ ਆਪਾਂ ਗਵਾ ਲੈਂਦੇ ਹਾਂ ਅਤੇ ਆਪਾਂ ਸਾਰੀ ਉਮਰ ਭਟਕੀ ਹੋ ਜਾਂਦੇ ਹਾਂ। ਆਪਾਂ ਕਦੇ ਵੀ ਤਸੱਲੀ ਬਖਸ਼ ਨਹੀਂ ਹੁੰਦੇ, ਕਦੇ ਵੀ ਸਾਨੂੰ ਜ਼ਿੰਦਗੀ ਤੋਂ ਸੈਟਿਸਫੈਕਸ਼ਨ ਨਹੀਂ ਹੁੰਦੀ। ਸੋ ਸਿੱਖਿਆ ਇਹੀ ਆ ਜੀ ਕਿ ਜੋ ਤੁਹਾਡੇ ਕੋਲ ਅੱਜ ਹੈਗਾ ਵਾ ਉਹ ਬਹੁਤ ਚੰਗਾ ਵਾ, ਉਸ ਤੋਂ ਵੀ ਕੁਝ ਪਰਫੈਕਟ ਪਾਉਣ ਦੀ ਕੋਸ਼ਿਸ਼ ਕਰੋਗੇ ਤਾਂ ਉਲਝਦੇ ਜਾਓਗੇ, ਭਟਕਦੇ ਜਾਓਗੇ। ਅੱਜ ਪ੍ਰੈਜ਼ੈਂਟ ਦੇ ਵਿੱਚ ਜਿਉਣਾ ਸਿੱਖੋ, ਜਿੰਨਾ ਕੁ ਪਰਮਾਤਮਾ ਨੇ ਤੁਹਾਨੂੰ ਦਿੱਤਾ ਵਾ ਉਹਦੀ ਰਜ਼ਾ ਦੇ ਵਿੱਚ ਰਹਿਣਾ ਸਿੱਖੋ। ਬਹੁਤ ਬਹੁਤ ਧੰਨਵਾਦ ਜੀ। ਅਗਲੀ ਵੀਡੀਓ ਦੇ ਵਿੱਚ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਜਲਦੀ ਹਾਜ਼ਰ ਹੋਣਾ ਜੀ।